άλλο. ਬਹੁਤ ਹੀ ਸਤਿਕਾਰਯੋਗ ਸਾਡੇ ਹਰਮਨ ਪਿਆਰੇ, ਇਸ ਹਲਕੇ ਦੀ ਜਿੰਦਗੀਆਂ ਸਰਦਾਰ ਹਰਿੰਦਰਪਾਲ ਸਿੰਘ ਜੀ ਹਰੀਮਾਨ, ਸਰਦਾਰ ਹਰਿੰਦਰਪਾਲ ਸਿੰਘ ਜੀ ਹਰੀਮਾਨ ਜੋ ਕਿ ਸਾਡਾ ਹਲਕਾ ਇੰਚਾਰਜ ਨੇ, ਸਾਡੇ ਹਲਕੇ ਦੀ ਜਿੰਦਗੀਆਂ ਨੇ, ਔਰ ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਉਹ ਸਾਡੇ ਬਹੁਤ ਹੀ ਨਿਰਧੜਕ ਅਤੇ ਸੇਵਾਦਾਰ ਜਰਨੈਲ ਨੇ ਸਾਡੇ ਇਸ ਹਲਕੇ ਦੇ। ਅੱਜ ਸਾਡੇ ਵਿੱਚ ਤਸ਼ਰੀਫ ਲਿਆਏ ਨੇ ਉਹਨਾਂ ਦੇ ਫਰਜੰਦ ਸਰਦਾਰ ਰਤਿੰਦਰਪਾਲ ਸਿੰਘ ਜੀ ਰਿੱਕੀ ਮਾਨ, ਜਿਹਨਾਂ ਨੂੰ ਪਿਆਰ ਨਾਲ ਰਿੱਕੀ ਮਾਨ ਕਿਹਾ ਜਾਂਦਾ ਹੈ, ਜੋ ਰਿੱਕੀ ਮਾਨ ਦੇ ਨਾਂ ਨਾਲ ਹਰਮਨ ਪਿਆਰੇ ਨੇ ਸਾਡੇ ਵਿੱਚ ਉਹ ਵਿਰਾਜਮਾਨ ਨੇ। ਸਾਡੇ ਵਿੱਚ ਉਹਨਾਂ ਨੇ ਸ਼ੁਰੂ ਵਿੱਚ ਬਹੁਤ ਹੀ ਆਪਣੇ ਬਟਮੁੱਲਾ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਉਹ ਵਿਰਾਜਮਾਨ ਨੇ, ਅੱਜ ਤਸ਼ਰੀਫ ਫਰਮਾ ਨੇ। ਉਸ ਤੋਂ ਬਾਅਦ ਉਹਨਾਂ ਦੇ ਨਾਲ ਆਏ ਸਾਡੇ ਇਸ ਹਲਕੇ ਦੀ ਕਾਂਗਰਸ ਪਾਰਟੀ ਦੀ ਟੀਮ, ਮੈਂ ਕਿਸੇ ਦਾ ਨਾਂ ਨਹੀਂ ਲਊਂਗਾ, ਕੋਈ ਇਤਰਾਜ਼ਬਾਜ਼ੀ ਹੋ ਜਾਂਦੀ ਹੈ, ਅਤੇ ਇਸ ਕਰਕੇ ਮੈਂ ਜਿੰਨੇ ਵੀ ਰਤਿੰਦਰਪਾਲ ਸਿੰਘ ਜੀ ਰਿੱਕੀ ਮਾਨ ਜੀ ਨਾਲ ਜਿੰਨੇ ਵੀ ਸਾਡੇ ਬਹੁਤ ਵੱਡੇ ਵਿਅਕਤੀ ਕਾਂਗਰਸ ਪਾਰਟੀ ਦੇ ਦਰਜਾ ਬਦਰਜਾ ਸਾਡੇ ਲੀਡਰ ਇੱਥੇ ਪਹੁੰਚੇ ਨੇ, ਉਹਨਾਂ ਦਾ ਇੱਥੇ ਪਹੁੰਚਣ 'ਤੇ ਤਹਿ ਦਿਲੋਂ ਸਵਾਗਤ ਹੈ, ਜੀ ਆਇਆਂ ਨੂੰ ਹੈ। ਇਸ ਤੋਂ ਬਾਅਦ ਇੱਥੇ ਹਾਜ਼ਰ ਮੇਰੇ ਛੋਟੇ ਜਿਹੇ ਸੁਨੇਹੇ ਦੇ, ਮੈਂ ਕੋਈ ਕਾਲ ਨਹੀਂ ਕਰੀ, ਕੋਈ ਮੀਟਿੰਗ ਨਹੀਂ ਬੁਲਾਈ, ਕੋਈ ਸੁਨੇਹਾ ਨਹੀਂ ਲਾਇਆ, ਛੋਟੇ ਜਿਹੇ ਮੇਰੇ ਕਾਲ ਦੇ ਛੋਟੇ ਜਿਹੇ ਅੱਗੇ ਲੋਕ ਸੁਨੇਹੇ ਲੱਗਦੇ ਰਹੇ, ਅਤੇ ਇਸ ਤਰ੍ਹਾਂ ਮੇਰੇ ਘਰ ਇਸ ਤਰ੍ਹਾਂ ਮਤਲਬ ਕਿ ਲੋਕਾਂ ਦਾ ਹਜੂਮ ਇਕੱਠਾ ਹੈ, ਮੈਂ ਸਦਾ ਤੁਹਾਡੇ ਨੇ ਇਹਦੇ ਲਈ। ਉਸ ਤੋਂ ਬਾਅਦ ਮੇਰੀਆਂ ਬਹੁਤ ਹੀ ਸਤਿਕਾਰਯੋਗ ਮੇਰੀਆਂ ਮਾਤਾਵਾਂ, ਮੇਰੀਆਂ ਭੈਣਾਂ, ਮੇਰੀਆਂ ਬੱਚੀਆਂ, ਇਸ ਤੋਂ ਬਾਅਦ ਮੇਰੇ ਬਹੁਤ ਹੀ ਹੋਣਹਾਰ, ਮੇਰੀਆਂ ਸੱਜੀਆਂ ਖੱਬੀਆਂ ਬਾਹਾਂ, ਮੇਰੇ ਨੌਜਵਾਨ ਸਾਥੀ ਜੋ ਇੱਥੇ ਪੰਡਾਲ 'ਚ ਮੌਜੂਦ ਨੇ, ਕਿਸੇ ਵੀ ਸੰਸਥਾ ਕੋਈ ਵੀ ਪਾਰਟੀ ਇਸ ਨੌਜਵਾਨ ਸ਼ਕਤੀ ਤੋਂ ਬਗੈਰ ਕਾਮਯਾਬ ਨਹੀਂ ਹੁੰਦੀ। ਉਸ ਤੋਂ ਬਾਅਦ ਤੁਹਾਨੂੰ ਸਾਡੇ ਹਲਕੇ ਦੇ ਇੰਚਾਰਜ ਪ੍ਰਤੀ, ਉਹਨਾਂ ਦੇ ਫਰਜੰਦ ਪ੍ਰਤੀ, ਉਹਨਾਂ ਦੇ ਸਪੁੱਤਰ ਪ੍ਰਤੀ ਜਿਸ ਭਾਵ ਨਾਲ ਸਾਡੇ ਹਲਕੇ ਦੀ ਸੇਵਾ ਕਰ ਰਿਹਾ ਇਹ ਪਰਿਵਾਰ, ਇਹ ਇੱਕ ਲਾਮਿਸਾਲ ਹੈ। ਹਰੀਮਾਨ ਜੀ ਨੂੰ ਮੈਂ ਬਹੁਤ ਦੇਰ ਤੋਂ ਜਾਣਦਾ ਹਾਂ, ਔਰ ਉਹਨਾਂ ਦੇ ਜਿੰਨੇ ਵੀ ਕੰਮ ਕਰਨ ਦੇ ਸ਼ੈਲੀ ਹੈ, ਲੋਕਾਂ ਦੀ ਸੇਵਾ ਕਰਨ ਦੀ ਸ਼ੈਲੀ ਹੈ, ਉਸ ਤੋਂ ਮੈਂ ਭਲੀ ਭਾਂਤ ਬਹੁਤ ਚੰਗੀ ਤਰ੍ਹਾਂ ਵਾਕਫ ਹਾਂ, ਸਾਰਾ ਇਲਾਕਾ ਵਾਕਫ ਹੈ। ਮੈਂ ਨੌਜਵਾਨ ਜਦੋਂ ਜਵਾਨ ਹੋ ਰਿਹਾ ਸੀਗਾ ਉਸ ਉਮਰ ਤੋਂ ਮੈਂ ਉਹਨਾਂ ਦੀਆਂ ਸਪੀਚਾਂ, ਉਹਨਾਂ ਦੇ ਤਕਰੀਰਾਂ ਸੁਣਦਾ ਆ ਰਿਹਾ ਹਾਂ ਜੋ ਬਹੁਤ ਹੀ ਕੀਲਣਯੋਗ ਨੇ। ਉਸ ਤੋਂ ਬਾਅਦ ਪਰਿਵਾਰਿਕ ਪਰੰਪਰਾ ਹੈ, ਜਿਸ ਤਰ੍ਹਾਂ ਵੱਡੇ ਮਾਨ ਸਾਹਿਬ ਇਸ ਹਲਕੇ ਦੀ ਲੋਕਾਂ ਦੀ ਸਾਰੇ ਦਰਜਾ ਬਦਰਜਾ ਸਭ ਫਿਰਕਿਆਂ ਦੀ, ਹਰ ਇੱਕ ਬਰਾਦਰੀ ਦੀ, ਹਰ ਇੱਕ ਕੈਟਾਗਰੀ ਦੀ, ਗਰੀਬ ਅਮੀਰ ਖਾਸ ਕਰਕੇ ਰੇੜੀ ਫੜੀ ਮਜ਼ਦੂਰ, ਜੋ ਲੋਕ ਮਜ਼ਦੂਰੀ ਕਰਦੇ ਨੇ, ਜੋ ਖੇਤ ਮਜ਼ਦੂਰ ਨੇ, ਸੜਕ ਮਜ਼ਦੂਰ ਹੈ, ਜਾਂ ਕੋਈ ਰੇੜੀ ਰਿਕਸ਼ਾ ਚਲਾਉਂਦਾ ਜਾਂ ਫੜੀ ਲਾਉਂਦਾ, ਉਹਨਾਂ ਨੂੰ ਮਾਨ ਸਾਹਿਬ ਬਹੁਤ ਪਿਆਰ ਕਰਦੇ ਹੈ, ਔਰ ਉਸੇ ਲੜੀ ਤਹਿਤ ਸਾਡੇ ਵਿੱਚ ਅੱਜ ਬਿਰਾਜਮਾਨ ਉਹਨਾਂ ਦੇ ਫਰਜੰਦ, ਉਹਨਾਂ ਦੇ ਸਪੁੱਤਰ ਸਰਦਾਰ ਰਿੱਕੀ ਮਾਨ ਜੀ ਸਾਡੇ ਵਿੱਚ ਮੌਜੂਦ ਨੇ, ਉਸੇ ਤਰ੍ਹਾਂ ਹੀ ਉਸੇ ਸ਼ੈਲੀ ਨਾਲ ਅੱਜ ਤੁਹਾਡੇ ਵਿੱਚ ਹਾਜ਼ਰ ਨੇ। ਇਹ ਮੈਂ ਖੁਦ ਇੱਕ ਗਰੀਬ ਹਾਂ, ਔਰ ਮੇਰਾ ਪਿਆਰ ਜ਼ਿਆਦਾਤਰ ਲੋਕ ਗਰੀਬ ਲੋਕਾਂ ਨਾਲ ਹੀ ਹੈ, ਔਰ ਸਾਰੇ ਮੈਂ ਮਾਨ ਸਾਹਿਬ ਨੂੰ ਕਹਾਂਗਾ ਕਿ ਇਹ ਨਿਗਾਹ ਮਾਰ ਲੈਣ, ਜਿਹੜੇ ਨਾਲ ਬੰਦੇ ਜ਼ਿੰਮੇਵਾਰ ਆਏ ਨੇ ਉਹ ਵੀ ਦੇਖ ਲੈਣ, ਮੈਂ ਕੋਈ ਫੋਰਮੈਲਿਟੀ ਨਹੀਂ ਕਰੀ, ਮੇਰੇ ਸਿਰਫ ਮਹੱਲਾ, ਮੇਰਾ ਸ਼ਰੀਕਾ ਔਰ ਮੇਰਾ ਪਿੰਡ ਹੈ।
ਕੋਈ ਬਾਹਰੋਂ ਕੋਈ ਬੰਦਾ ਨਹੀਂ ਹੈ ਜੀ। ਅਤੇ ਇਸ ਤੋਂ ਬਾਅਦ ਮੈਂ ਚਾਹੂੰਗਾ, ਮੈਂ ਜ਼ਿਆਦਾ ਨਹੀਂ ਬੋਲਾਂਗਾ, ਜਿਹੜੇ ਸਾਡੇ ਇਹਨਾਂ ਨੇ ਬਹੁਤ ਸਾਰੇ ਇਹਨਾਂ ਦੇ ਸਾਰੇ ਹਲਕੇ 'ਚੋਂ ਬਹੁਤ ਸਾਰੇ ਵਧੀਆ ਚੁਣੇ ਹੋਏ ਬੰਦੇ ਨੇ, ਸੇਵਾਦਾਰ ਨੇ, ਉਸ ਲੜੀ ਦੇ ਤਹਿਤ ਸਾਡੇ ਹਲਕੇ ਨੂੰ ਜ਼ਿਲ੍ਹਾ ਪਰਿਸ਼ਦ ਦੇ ਇਹਨਾਂ ਨੇ ਮੈਂਬਰ ਦੇ ਰੂਪ ਵਿੱਚ ਸਾਨੂੰ ਬਹਾਦਰ ਸਿੰਘ ਚਮਾਲੜੀ ਨੂੰ ਦਿੱਤਾ ਹੈ, ਉਹਨਾਂ ਦੇ ਨਾਂ 'ਤੇ ਤਾੜੀ ਵਜਾਈ ਜਾਵੇ ਸਾਡੇ ਉਹ ਜ਼ਿਲ੍ਹਾ ਪਰਿਸ਼ਦ ਦੇ ਮੈਂਬਰ ਨੇ। ਉਸ ਤੋਂ ਬਾਅਦ ਸਾਡੇ ਰਾਜ ਕਟਾਰੀਆ ਜੀ ਜੋ ਕਿ ਸਾਡੇ ਬਲਾਕ ਸੰਮਤੀ ਮੈਂਬਰ ਨੇ, ਸਾਰੇ ਸਾਡੇ ਮਾਨ ਸਾਹਿਬ ਨੇ, ਸਾਡੇ ਹਲਕੇ ਦੀ ਕਰੀਮ ਨੇ, ਇਹ ਸਾਡੇ ਲਈ ਉਮੀਦਵਾਰ ਚੁਣ ਕੇ ਦਿੱਤੇ ਨੇ ਔਰ ਜਿਨ੍ਹਾਂ ਦਾ ਸਾਨੂੰ ਸਤਿਕਾਰ ਹੈ ਔਰ ਉਹਨਾਂ ਦੀ ਅਸੀਂ ਤਨ ਮਨ ਧਨ ਨਾਲ ਹਰ ਤਰ੍ਹਾਂ ਉਹਨਾਂ ਦੀ ਸੇਵਾ ਕਰਾਂਗੇ। ਮੇਰੇ ਜਿੰਨੇ ਵੀ ਇੱਥੇ ਲੋਕ ਬੈਠੇ ਨੇ, ਬਾਹਰ ਖੜੀ ਕਰਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ, ਜਿਹੜੇ ਸਾਡੇ ਉਮੀਦਵਾਰ ਨੇ ਅਸੀਂ ਉਹਨਾਂ ਦੀ ਵੱਧ ਚੜ ਕੇ ਉਹਨਾਂ ਨੂੰ ਜਿਤਾਵਾਂਗੇ ਔਰ ਵੱਧ ਤੋਂ ਵੱਧ ਵੋਟਾਂ ਪਵਾਵਾਂਗੇ। ਇਸ ਗੱਲ ਦਾ ਸਾਨੂੰ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੀਆਂ ਮਾਵਾਂ ਦੇ ਭੈਣਾਂ ਤੋਂ ਮਾਫ਼ੀ ਮੰਗਦਾ ਕਿ ਮੀਟਿੰਗਾਂ ਬਹੁਤ ਸਾਡੀਆਂ ਸਵੇਰ ਦੀਆਂ ਚੱਲ ਰਹੀਆਂ ਨੇ, ਸੋ ਹਰੇਕ ਪਿੰਡ ਵਿੱਚ ਆ ਰਹੇ ਹਾਂ, ਉੱਥੇ ਦੋ ਦੋ ਤਿੰਨ ਤਿੰਨ ਮੀਟਿੰਗਾਂ ਆਉਣੀਆਂ ਪੈਂਦੀਆਂ ਮੇਰੀਆਂ ਸਵੇਰ ਦੀਆਂ, ਸੋ ਥੋੜ੍ਹਾ ਥੋੜ੍ਹਾ ਕਰਕੇ ਲੇਟ ਹੋ ਰਹੇ ਹਾਂ। ਰੋਟੀ ਪਾਣੀ ਦਾ ਟਾਈਮ ਹੈ, ਤੁਹਾਡੇ ਤੋਂ ਸਭ ਤੋਂ ਪਹਿਲਾਂ ਤਾਂ ਮਾਫ਼ੀ ਸਾਰਿਆਂ ਤੋਂ। ਅਤੇ ਮੈਨੂੰ ਮੈਂ ਧੰਨਵਾਦ ਕਰਦਾ ਵਿਕਰਮ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਅੱਜ ਸੱਦਿਆ ਅਤੇ ਤੁਹਾਡੇ ਨਾਲ ਮਿਲਾਇਆ। ਵਿਕਰਮ ਜੀ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਅੱਜ ਮੈਨੂੰ ਤੁਹਾਡੇ ਵਿੱਚ ਇੱਥੇ ਆਉਣ ਦਾ ਮੌਕਾ ਦਿੱਤਾ। ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਜ਼ਿਆਦਾ ਲੰਬੀ ਗੱਲ ਨਹੀਂ ਕਰਨਾ, ਮੈਂ ਲੇਟ ਆ ਕੇ ਵੀ ਜਾਣਾ। 19 ਤਰੀਕ ਨੂੰ ਵੋਟਾਂ ਹੈ ਬਲੋਕ ਸੰਮਤੀ ਜ਼ਿਲ੍ਹਾ ਪਰਿਸ਼ਦ ਦੀਆਂ। ਤੁਹਾਨੂੰ ਪਤਾ ਕਾਂਗਰਸ ਦੀ ਸਰਕਾਰ ਤੁਸੀਂ ਬਣਾਈ ਹੈ, ਉੱਪਰਲੀ ਵੱਡੀ ਸਰਕਾਰ, ਹੁਣ ਤੁਸੀਂ ਨਿਚਲੀ ਸਰਕਾਰ ਬਣਾਉਣੀ ਹੈ, ਅੱਗੇ ਪੰਚਾਇਤ ਤੁਸੀਂ ਆਪਣੀ ਬਣਾਓ। ਹੁਣ ਬਲੋਕ ਸੰਮਤੀ ਮੈਂਬਰ ਤੁਸੀਂ ਕਾਂਗਰਸ ਪਾਰਟੀ ਦਾ ਚੁਣੋ, ਜ਼ਿਲ੍ਹਾ ਪਰਿਸ਼ਦ ਮੈਂਬਰ ਤੁਸੀਂ ਕਾਂਗਰਸ ਪਾਰਟੀ ਦਾ ਚੁਣੋ। ਸਾਢੇ 3 ਸਾਲ ਸਰਕਾਰ ਦੇ ਪਏ ਨੇ, ਦੇਖੋ ਜਿਹਦੀ ਸਰਕਾਰ ਕੰਮ ਉਹਨਾਂ ਮੈਂਬਰਾਂ ਦੇ ਹੀ ਹੁੰਦੇ ਨੇ, ਇਹ ਵੀ ਤੁਸੀਂ ਸਾਰੇ ਜਾਣਦੇ ਹੋ। ਪਰ ਅਕਾਲੀ ਦਲ ਸਰਕਾਰ ਦੇ ਵਿੱਚ ਤਾਂ ਉਹ ਵੀ ਨਹੀਂ ਹੋਇਆ। ਅਕਾਲੀ ਦਲ ਦੀ ਸਰਕਾਰ ਸੀ 10 ਸਾਲ, ਉਹਨਾਂ ਦੀ ਪੰਚਾਇਤਾਂ ਸੀ, ਉਹਨਾਂ ਦੇ ਮੈਂਬਰ ਸੀ ਸਾਰੇ, ਫਿਰ ਵੀ ਕੋਈ ਕੰਮ ਨਹੀਂ ਹੋਇਆ ਹਲਕੇ ਦੇ ਵਿੱਚ। ਦਿਖਾ ਦਿਓ ਕਿਤੇ ਸੜਕ ਬਣੀ ਹੋਵੇ, ਗਲੀ ਨਾਲੀ ਬਣੀ ਹੋਵੇ। ਪਿਛਲੇ 1.5 ਸਾਲ ਦੇ ਵਿੱਚ ਅਸੀਂ ਕੰਮ ਕਰਕੇ ਦਿਖਾਇਆ, ਕਾਂਗਰਸ ਪਾਰਟੀ ਨੇ, ਮਹਾਰਾਣੀ ਸਾਹਿਬ ਨੇ ਸਾਨੂੰ ਸੜਕਾਂ ਵੀ ਦਿੱਤੀਆਂ, 410 ਕਿਲੋਮੀਟਰ ਦੀਆਂ ਲਿੰਕ ਰੋਡਾਂ ਜਿਹੜੀਆਂ ਪਿੰਡਾਂ ਦੀਆਂ ਹੈਗੀਆਂ ਉਹ ਇਸ ਟਾਈਮ ਬਣ ਰਹੀਆਂ ਨੇ, ਕੰਮ ਚੱਲ ਰਿਹਾ। ਪਹਿਲੇ ਸਾਲ ਦੇ ਮੇਨ ਰੋਡਾਂ ਵੀ ਬਣੀਆਂ ਨੇ, ਪਹਿਲੇ ਸਾਲ ਦੇ ਵਿੱਚ 11.5 ਲੱਖ ਰੁਪਇਆ ਤੁਹਾਡੇ ਬਹਾਦਰਗੜ੍ਹ ਇਸ ਪਿੰਡ ਨੂੰ ਵੀ ਦਿੱਤਾ ਗਿਆ, ਜਿਹੜਾ ਫੰਡ ਮਹਾਰਾਣੀ ਸਾਹਿਬ ਨੇ ਦਿੱਤਾ। ਅਸੀਂ ਆਹ ਨਹੀਂ ਦੇਖਿਆ ਕਿ ਪੁਰਾਣੀ ਪੰਚਾਇਤਾਂ ਨੇ, ਅਕਾਲੀ ਪੰਚਾਇਤਾਂ ਨੇ ਪੈਸਾ ਨਹੀਂ ਹਜੇ ਦੇਣਾ, ਨਵੀਂ ਪੰਚਾਇਤ ਬਣਾ ਕੇ ਦੇਵਾਂਗੇ। ਅਸੀਂ ਪਹਿਲੇ ਸਾਲ ਦੇ ਮਹਾਰਾਣੀ ਸਾਹਿਬ ਨੇ ਫੰਡ ਦਿੱਤੇ, ਤਕਰੀਬਨ 10 ਕਰੋੜ ਰੁਪਇਆ ਸਨੌਰ ਹਲਕੇ ਨੂੰ ਗਲੀਆਂ ਨਾਲੀਆਂ ਵਾਸਤੇ ਫੰਡ ਮਿਲਿਆ। ਸੋ ਉਵੇਂ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੜਕਾਂ ਦਾ ਕੰਮ, ਇੱਥੇ ਤੁਹਾਡੇ ਸਭ ਤੋਂ ਵੱਡੀ ਸ਼ਿਕਾਇਤ ਸੀ ਆਪਣਾ ਬਹਾਦਰਗੜ੍ਹ ਦੇ ਵਿੱਚ ਸੀਵਰੇਜ ਦੀ, ਗੰਦੇ ਪਾਣੀ ਦੀ। ਜਦੋਂ ਅਸੀਂ ਇੱਥੇ ਆਏ ਹਾਂ, ਮਾਨ ਸਾਹਿਬ ਨੇ ਪ੍ਰੋਜੈਕਟ ਤਿਆਰ ਕੀਤਾ, ਕੱਲ੍ਹ ਤੁਸੀਂ ਮਹਾਰਾਣੀ ਸਾਹਿਬ ਨੂੰ ਵੀ ਸੁਣ ਆਉਂਗੇ, ਮਹਾਰਾਣੀ ਸਾਹਿਬ ਤੁਹਾਨੂੰ ਦੱਸਣਗੇ ਕਿ ਜਿਹੜਾ ਬੜੇ ਕਰੋੜ ਰੁਪਏ ਲੱਗਣੇ ਨੇ, 70 ਕਰੋੜ ਲੱਗਣਾ, ਪਤਾ ਨਹੀਂ 80 ਲੱਗਣਾ, ਐਗਜੈਕਟ ਅਮਾਊਂਟ ਮੇਰੇ ਕੋਲ ਇਸ ਟਾਈਮ ਹੈ ਨਹੀਂ, ਪਰ ਜਿਹੜਾ ਪ੍ਰੋਜੈਕਟ ਹੈ ਤੁਹਾਡੇ ਬਹਾਦਰਗੜ੍ਹ ਸੀਵਰੇਜ ਦਾ, 20 ਪਿੰਡ ਨੇ ਜਿਹਦੇ ਵਿੱਚ ਆਉਂਦੀਆਂ, 20 ਪੰਚਾਇਤਾਂ ਆਉਂਦੀਆਂ ਨੇ,
ਇਹ ਪਾਸ ਹੋ ਗਿਆ, ਕੈਪਟਨ ਸਾਹਿਬ ਨੇ ਹਾਮੀ ਭਰਤੀ ਹੈ ਅਤੇ ਜਲਦ ਹੀ ਜਦੋਂ ਆਪਣੇ ਕੋਲ ਪੈਸੇ ਆ ਗਏ ਮਹਾਰਾਣੀ ਸਾਹਿਬ ਦੀ ਇਲੈਕਸ਼ਨ ਤੋਂ, ਮੈਂ ਸਮਝਦਾ ਪਹਿਲਾਂ ਅਗਲੇ 2 ਮਹੀਨਿਆਂ ਦੇ ਵਿੱਚ ਜੋ ਮੈਨੂੰ ਉਮੀਦ ਹੈ ਇਹ ਸੀਵਰੇਜ ਦਾ ਕੰਮ ਤੁਹਾਡੇ ਬਹਾਦਰ ਗੜ੍ਹ ਸ਼ੁਰੂ ਹੋ ਜੂਗਾ। ਦੂਜੀ ਗੱਲ, ਤੁਹਾਡੇ ਸਾਡੇ ਸਾਫ਼ ਪੀਣ ਵਾਲੇ ਪਾਣੀ ਦੀ ਬੜੀ ਦਿੱਕਤ ਹੈ ਇੱਥੇ, ਉਹਦਾ ਵੀ ਪ੍ਰੋਜੈਕਟ ਤਿਆਰ ਕਰਕੇ ਮਹਾਰਾਣੀ ਸਾਹਿਬ ਨੇ ਅਪਰੂਵ ਕਰਤਾ, ਕੈਪਟਨ ਸਾਹਿਬ ਨੇ ਅਪਰੂਵ ਕਰਕੇ ਫਾਈਨਲ ਕਰਕੇ ਉਹਦਾ ਕੰਮ ਸ਼ੁਰੂ ਹੋ ਗਿਆ। ਮੰਡੌਲੀ ਪਿੰਡ ਹੈ, ਮੰਡੌਲੀ ਤੋਂ ਪਾਣੀ ਆ ਰਿਹਾ, ਪਾਣੀ ਆਊਗਾ, ਪਾਈਪਾਂ ਪੈ ਰਹੀਆਂ ਨੇ, ਆ 62 ਪਿੰਡਾਂ ਦੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਛੇਤੀ ਤੁਹਾਨੂੰ ਉਹ ਵੀ ਸ਼ੁਰੂ ਹੋ ਜੂਗਾ, ਕੰਮ ਸ਼ੁਰੂ ਹੋ ਚੁੱਕਿਆ, ਇਹ ਪੀਣ ਵਾਲੇ ਪਾਣੀ ਦੀ ਵੀ ਪ੍ਰੋਬਲਮ ਖਤਮ ਹੋ ਜਾਣੀ। ਸੋ ਕਈ ਤਰ੍ਹਾਂ ਦੇ ਅਜੇ ਵੱਡੇ ਪ੍ਰੋਜੈਕਟ ਵੀ ਨੇ ਵਿੱਚ, ਛੋਟੇ ਛੋਟੇ ਕੰਮ ਸੀ ਜਿਹੜੇ ਗਲੀਆਂ ਨਾਲੀਆਂ ਵਾਲੇ, ਉਹ ਵੀ ਅਸੀਂ ਕਰਾਏ ਨੇ, ਅੱਗੇ ਵੀ ਐਂ ਕੰਮ ਕਰਦੇ ਰਹਾਂਗੇ। ਹੁਣ ਤਾਂ ਸਿਰਫ ਇੰਨਾ ਹੈ, ਤੁਹਾਡੇ ਅੱਗੇ ਬੇਨਤੀ ਹੈ, 3.5 ਸਾਲ ਸਰਕਾਰ ਦੇ ਕਾਂਗਰਸ ਦੇ ਅਜੇ ਹੈਗੇ ਨੇ, ਕਾਂਗਰਸ ਦੇ ਉਮੀਦਵਾਰ ਚੁਣੋ, ਅਕਾਲੀਆਂ ਨੂੰ ਤਾਂ ਆਪਾਂ ਪਹਿਲਾਂ ਵੀ ਦੇਖ ਲਿਆ ਕੋਈ ਕੰਮ ਨਹੀਂ ਕੀਤਾ, ਹੁਣ ਕਾਂਗਰਸ ਪਾਰਟੀ ਦੇ ਬਲੋਕ ਸਮਿਤੀ ਦੇ ਉਮੀਦਵਾਰ ਤੁਹਾਡੇ ਆਪ ਦੇ ਏਰੀਏ ਦੇ ਰਾਜ ਕਟਾਰੀਆ ਜੀ ਅਤੇ ਬਹਾਦਰ ਸਿੰਘ ਸਰਪੰਚ ਨੇ, ਜ਼ਿਲ੍ਹਾ ਪਰਿਸ਼ਦ ਦੇ ਕੈਂਡੀਡੇਟ, ਇੱਕ ਇੱਕ ਵੋਟ ਪਾ ਕੇ ਆਪਾਂ ਕਾਂਗਰਸ ਦੇ ਇੱਕ ਇੱਕ ਸੀਟ ਮਹਾਰਾਣੀ ਸਾਹਿਬ ਦੀ ਝੋਲੀ 'ਚ ਪਾਈਏ, ਤਾਂ ਕਿ ਮਾਨ ਸਾਹਿਬ ਹੋਰ ਤਕੜੇ ਹੋ ਕੇ ਤੁਹਾਡੇ ਵਾਸਤੇ ਫੰਡਾਂ ਦੀ ਮੰਗ ਕਰ ਸਕਣ ਕਿ ਦੇਖੋ ਮਹਾਰਾਣੀ ਸਾਹਿਬ ਅਸੀਂ ਇੱਕ ਇੱਕ ਸੀਟ ਤੁਹਾਨੂੰ ਦਿੱਤੀ, ਹੁਣ ਬਹਾਦਰਗੜ੍ਹ ਦੇ ਲੋਕਾਂ ਨੂੰ ਫੰਡਾਂ ਦੀ ਕਮੀ ਨਹੀਂ ਆਉਣੀ ਚਾਹੀਦੀ, ਅਤੇ ਫੰਡ ਪਹਿਲਾਂ ਵੀ ਆਪਾਂ ਨੂੰ ਮਿਲੇ ਨੇ, 1.5 ਸਾਲ ਕੰਮ ਚੱਲ ਰਹੇ ਨੇ, ਤੁਹਾਡੇ ਅੱਖਾਂ ਦੇ ਸਾਹਮਣੇ ਹੋਏ ਨੇ, ਅੱਗੇ ਵੀ ਐਂ ਕਰਾਵਾਂਗੇ। ਇੰਨੀ ਕੁ ਬੇਨਤੀ ਪ੍ਰਵਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਥੇ ਪਹੁੰਚਣ 'ਤੇ ਫਿਰ ਦੁਬਾਰਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਬੇਨਤੀ ਹੈ ਜੀ, ਮੈਂ ਇੱਕ ਅਰਜ਼ ਕਰਨੀ ਚਾਹੁੰਦਾ ਕਿ ਸਾਡੇ ਵਿੱਚ ਜੋ ਬਲੋਕ ਸੰਮਤੀ ਕੈਂਡੀਡੇਟ ਕਟਾਰੀਆ ਹੈ, ਉਹ ਵੀ ਮੇਰੇ ਵਰਗਾ ਇੱਕ ਮਜ਼ਦੂਰ ਭਾਈ ਹੈ ਮੇਰਾ, ਇਹਦੇ ਵੱਲੋਂ ਉਹਨਾਂ ਨੂੰ 2100 ਰੁਪਏ ਦੀ ਸਹਾਇਤਾ ਦੇਊਂ। ਬਹੁਤ ਬਹੁਤ ਧੰਨਵਾਦ, ਤੁਸੀਂ ਇਹਨਾਂ ਦੀ ਮਦਦ ਕੀਤੀ, ਬਹੁਤ ਬਹੁਤ ਧੰਨਵਾਦ। ਤੁਸੀਂ ਵੱਖ ਵੱਖ ਆਗੂਆਂ ਦੇ ਘਰੇ ਮੀਟਿੰਗ ਕੀਤੀ ਹੈ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਲੋਕਾਂ ਦਾ ਪਿਆਰ ਹੀ ਇੰਨਾ, ਸਾਡੇ ਸਾਰੇ ਸਪੋਰਟਰ ਚਾਹੁੰਦੇ ਨੇ ਕਿ ਅਸੀਂ ਉਹਨਾਂ ਦੇ ਘਰਾਂ 'ਚ ਆਈਏ, ਮੈਨੂੰ ਮੈਂ ਇੱਕ ਇੱਕ ਪਿੰਡ 'ਚ ਇੱਕ ਇੱਕ ਮੀਟਿੰਗ ਰੱਖਦਾ, ਪਰ ਉੱਥੇ ਇੰਨਾ ਪਿਆਰ ਦੇ ਰਹੇ ਨੇ ਕਿ ਹਰੇਕ 3-3 ਮੀਟਿੰਗਾਂ ਕਨਵਰਟ ਹੋ ਰਹੀਆਂ ਨੇ। ਇਹ ਸਾਡੇ ਵਰਕਰਾਂ ਦਾ ਪਿਆਰ ਹੈ, ਇਹ ਇੱਕ ਵੱਡਾ ਸਮੁੰਦਰ ਹੈ ਕਾਂਗਰਸ ਪਾਰਟੀ ਦਾ, ਸਾਡੇ ਕੋਲ ਇੰਨਾ ਵਰਕਰ ਹੈ, ਇੰਨਾ ਉਤਸ਼ਾਹ ਹੈ। ਮੈਂ ਪਿਛਲੇ 15 ਸਾਲ ਤੋਂ ਖੁਦ ਵੀ ਇਲੈਕਸ਼ਨਾਂ ਲੜਦਾ ਆ ਰਿਹਾ ਹਾਂ ਅਤੇ ਆਪਣੇ ਸਾਥੀਆਂ ਨੂੰ ਵੀ ਇਲੈਕਸ਼ਨਾਂ ਲੜਾਉਂਦਾ ਆ ਰਿਹਾ ਹਾਂ, ਔਰ ਮੈਂ ਜਦ ਤੋਂ ਮੈਂ ਇਲੈਕਸ਼ਨ ਲੜਨ ਲੱਗਿਆ ਲੋਕ ਮੈਨੂੰ ਪਿਆਰ ਨਾਲ ਜਿਤਾਉਂਦੇ ਆ ਰਹੇ ਨੇ, ਅਤੇ ਉਦੋਂ ਤੋਂ ਹੀ ਮੈਂ ਲੋਕਾਂ ਦਾ ਰਿਣੀ ਹਾਂ। 5 ਸਾਲ ਮੈਂ ਲੋਕਾਂ ਦੀ ਸੇਵਾ ਕਰਦਾ, ਉਹਨਾਂ ਦੀ ਨੌਕਰੀ ਕਰਦਾ, ਅਤੇ ਇਸੇ ਕਰਕੇ ਲੋਕ ਮੇਰੇ ਨਾਲ ਪਿਆਰ ਕਰਦੇ ਨੇ। ਮਾੜੇ ਜਿਹੇ ਮੇਰੇ ਸਿਰੇ ਦੇਣ 'ਤੇ ਵਹੀਰਾ ਘੱਤ ਕੇ ਲੋਕ ਮੇਰੇ ਘਰ ਨੂੰ ਆਉਂਦੇ ਨੇ ਔਰ ਮੈਨੂੰ ਆਸ਼ੀਰਵਾਦ ਦਿੰਦੇ ਨੇ। ਮੈਂ ਜੀ 3 ਵਾਰ ਮੈਂਬਰ ਪੰਚਾਇਤ ਦੀ ਇਲੈਕਸ਼ਨ ਲੜੀ ਹੈ, ਪਹਿਲੇ ਵਾਰ ਮੈਂ ਖੁਦ ਮੈਂਬਰ ਪੰਚਾਇਤ ਰਿਹਾ, ਉਸ ਤੋਂ 2 ਟਰਮਾਂ ਬਾਅਦ ਲਗਾਤਾਰ ਮੇਰੀ ਵਾਈਫ ਮੇਰੀ ਪਤਨੀ ਜਿਹੜੀ ਹੈ ਉਹ ਮੈਂਬਰ ਪੰਚਾਇਤ ਰਹੀ ਹੈ। 2008 ਦੇ ਵਿੱਚ ਮੈਂ ਖੁਦ ਆ ਜਿਹੜੀ ਬਲੋਕ ਸੰਮਤੀ ਸਾਡੇ ਰਾਜ ਕਟਾਰੀਆ ਜੀ ਸਾਡਾ ਛੋਟਾ ਭਰਾ ਲੜ ਰਿਹਾ ਹੈ, 2008 ਦੇ ਵਿੱਚ ਮੈਂ ਖੁਦ ਬਲੋਕ ਸੰਮਤੀ ਦੀ ਇਲੈਕਸ਼ਨ ਲੜੀ ਹੈ। ਮੈਂ
ਲੋਕਾਂ ਕੋਲ ਪਹਿਲਾਂ ਵੀ ਇਹ ਅਪੀਲ ਕੀਤੀ ਹੈ ਅਤੇ ਅੱਗੇ ਤੋਂ ਵੀ ਅਪੀਲ ਕਰੂੰਗਾ ਵੀ ਜਿਹੜੇ ਸਾਡੇ ਹਲਕਾ ਇੰਚਾਰਜ ਸਰਦਾਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਸਾਨੂੰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਮੈਂਬਰ ਦੇ ਰੂਪ ਵਿੱਚ ਸਾਨੂੰ ਉਮੀਦਵਾਰ ਦਿੱਤੇ ਨੇ, ਉਹਨਾਂ ਦੀ ਅਸੀਂ ਦਿਨੋਂ ਤਨੋ ਮਨੋ ਧਨੋ ਹਰ ਤਰ੍ਹਾਂ ਨਾਲ ਉਹਨਾਂ ਦੀ ਮਦਦ ਕਰਾਂਗੇ ਔਰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਵਾਂਗੇ।